ਅਸਲਾਮ ਵਾਲੇਕੁਮ ਜੀ, ਵਿਹਲੇ ਤੇ ਨਿਕੰਮੇ ਬੰਦਿਆਂ ਵੱਲੋਂ ਜੀ ਵੈਲਕਮ ਹੋ ਗਿਆ ਜੀ ਤੁਹਾਡਾ ਸਾਰੇ ਯੂਟਿਊਬ ਵਾਲਿਆਂ ਦਾ। ਤੇ ਆਹ ਮਲਿਕ ਉਸਮਾਨ ਆਏ ਆਰਾਮ ਨਾਲ, ਚੌਥੀ ਦਫਾ ਤੂੰ ਮੇਰੇ ਸਾਹ। ਆਹ ਮੈਂ ਆਪ, ਆਹ ਮਹਿਬੂਬ, ਤੇ ਅਸੀਂ ਜੀ ਅੱਜ ਦਿਹਾੜੀ ਤੇ ਆਏ ਹੋਏ ਹਾਂ ਜੀ। ਅੱਜ ਸ਼ਾਮੀ 6 ਵਜੇ ਅਸੀਂ ਕੰਮ ਤੇ ਆਏ ਹਾਂ, ਤੇ ਮਾਸ਼ਾਅੱਲਾ ਜੀ ਕਾਫੀ ਇਧਰ ਬੱਦਲ ਛੱਦਲ ਤੇ ਬੜਾ ਹਨੇਰੀ ਦਾ ਪ੍ਰੋਗਰਾਮ, ਬੜਾ ਮਾਹੌਲ ਰੋਮੈਂਟਿਕ ਮੌਸਮ ਬਣਿਆ ਹੋਇਆ ਜੀ। ਠੰਡੀ ਠੰਡੀ ਕੂਲ ਕੂਲ ਹਵਾ ਚੱਲਦੀ ਪਈ। ਅੱਜ ਸਵੇਰ ਤੇ ਬਹੁਤ ਜ਼ਿਆਦਾ ਗਰਮੀ ਸੀ ਨਾ, ਤੇ ਹੁਣ ਮਾਸ਼ਾਅੱਲਾ ਬਹੁਤ ਸੋਹਣਾ ਮੌਸਮ ਹੋਇਆ। ਤੇ ਅਸੀਂ ਜੀ ਇਸ ਕਪਾਹ ਦੇ ਨਾ ਆਹ ਦੇਖਦੇ ਪਏ ਵਿੱਚ ਗੰਦ ਦਾ ਭਖੜਾ ਜਿਹਾ ਵੱਲਾਂ ਛੱਲਾਂ ਇਹ ਮਾਰ ਰਹੀਆਂ ਜੀ। ਤੇ ਅਸੀਂ ਆਏ ਹਾਂ ਅੱਜ ਘੰਟਿਆਂ ਦੇ ਹਿਸਾਬ ਨਾਲ ਜੀ, 100 ਰੁਪਈਆ ਘੰਟਾ ਅਸੀਂ ਇੱਥੇ ਕੰਮ ਕਰਨਾ ਵਾ, ਠੀਕ ਹੈ। ਤੇ ਮੇਰਾ ਹਾਲੇ ਟਾਈਮ ਸ਼ੁਰੂ ਕੋ ਨਹੀਂ ਹੋਇਆ, ਉਹਨਾਂ ਦਾ ਹੋ ਗਿਆ। ਬਾਰਿਸ਼ ਆਉਣ ਲੱਗ ਗਈ ਆ ਜੀ, ਤੇ ਬੜੀ ਸਪੀਡ ਨਾਲ ਅਸੀਂ ਚੱਲੇ ਹਾਂ ਸਾਹਮਣ ਵਾਲੀ ਕੋਠੀ ਦੇ ਵਿੱਚ। ਕਿਤੇ ਖੁਰ ਨਾ ਜਾਈਏ ਯਾਰ, ਮਾੜੇ ਬੰਦੇ ਹਾਂ, ਜੇ ਮਾੜਾ ਜਿਹਾ ਵੀ ਖੁਰ ਗਿਆ ਤਾਂ ਅਸੀਂ ਕਿੱਥੋਂ ਇਲਾਜ ਕਰਾਉਣਾ ਆਪਣਾ। ਜਲਦੀ ਚੱਲ ਯਾਰ, ਬਾਰਿਸ਼ ਕਾਫੀ ਤੇਜ਼ ਹੋ ਗਈ ਜੇ, ਤੇ ਸਾਡੀ ਦਿਹਾੜੀ ਅੱਧ 'ਚ ਰਹਿ ਗਈ ਹੈ। ਅਸੀਂ ਤਾਂ ਆਏ ਸੀ ਘਰੋਂ ਸੋਚ ਕੇ ਕਿ ਵਾਹ ਵਾਹ ਰੁਪਈਆ 300-300 ਰੁਪਈਆ ਕਮਾ ਲਾਂਗੇ, ਪਰ ਸਾਨੂੰ ਆਹ ਵੇਖੋ ਜੀ ਕਿਵੇਂ ਵੜ ਕੇ ਪੈ ਗਏ ਨੇ ਸਾਰੇ ਜਾਣੇ। ਜਨਾਬ ਬਾਰਿਸ਼ ਗਈ ਰੁਕ ਕੇ ਦੁਬਾਰਾ ਫਿਰ ਅਸੀਂ ਟਾਈਮ ਨੋਟ ਕਰਕੇ ਜੀ ਵੜ ਗਏ ਕਪਾਹ ਦੇ ਵਿੱਚ, ਅਤੇ ਕੰਮ ਕਰਨਾ ਆਪਾਂ ਕਰ ਦਿੱਤਾ ਸ਼ੁਰੂ, ਠੀਕ ਹੈ। ਅਤੇ ਹਵਾ ਵੀ ਕਾਫੀ ਜ਼ਿਆਦਾ ਸੋਹਣੀ ਚੱਲਣ ਲੱਗ ਗਈ, ਬੜਾ ਮਜ਼ਾ ਆਉਣਾ, ਠੰਡੀ ਹਵਾ ਆਉਣ ਲੱਗ ਗਈ ਹੁਣ। ਹੁਣ ਤਾਂ ਸਮਾਨ ਵੀ ਬੜੀ ਸਪੀਟਾਂ ਮਾਰਦਾ ਫਿਰਦਾ, ਅਤੇ ਇਨਸ਼ਾਅੱਲਾ ਅਸੀਂ ਕਿੱਲਾ ਫਿਰ ਜਾਣਾ, ਉਮੀਦ ਆ ਹੁਣੇ ਅਸੀਂ ਨਾ ਇੱਕ ਘੰਟਾ ਪੂਰਾ ਨਹੀਂ ਸਾਡਾ ਲੱਗਣਾ ਹੈਗਾ, ਕਿੱਲਾ ਪੂਰਾ ਫਿਰ ਜਾਣਾ। ਸਮਝ ਕੇ 300 ਰੁਪਏ ਦੇ ਵਿੱਚ ਨਾ, 3 ਬੰਦੇ ਲੱਗੇ ਹੋਏ ਨਾ ਦਿਹਾੜੀ 'ਤੇ, 300 ਰੁਪਏ ਦੇ ਵਿੱਚ ਅਸੀਂ 1 ਕਿੱਲੇ ਦੀ ਜਿਹੜੀ ਆ ਨਾ ਵੱਲਾਂ ਮੋਟੀਆਂ ਮੋਟੀਆਂ ਖਤਮ ਕਰ ਲੈਣੀਆਂ, ਮਾਰ ਲੈਣੀਆਂ ਅਸੀਂ। ਲਓ ਜੀ ਆ ਬੰਗਲਾ ਜਿਹਾ ਹੁਣ ਚਲਾਉਣ ਲੱਗਾ ਬੋਰ, ਅਸੀਂ ਇੱਥੋਂ ਪੀਣ ਲੱਗੇ ਪਾਣੀ। ਚੱਲ ਬਈ ਸ਼ਾਬਾਸ਼ ਮੇਰਾ ਪੁੱਤ, ਚੱਲ ਬਈ ਚੱਲ ਸ਼ਾਬਾ ਸ਼ਾਬਾ, ਵੇਖ ਜਵਾਨੀ ਡੁੱਲ ਡੁੱਲ ਪਈ ਪੈਂਦੀ ਊ, ਸ਼ਾਬਾਸ਼ ਸ਼ਾਬਾਸ਼ ਪੁੱਤਰਾ ਸ਼ਾਬਾਸ਼ ਜਾ ਓਏ। ਆ ਵੇਖਾਂ ਹੁਣ ਇੱਕ ਹੋਰ ਜਵਾਨ ਆਇਆ ਜੀ, ਲੈ 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 ਆ ਮਾਸ਼ਾਅੱਲਾ ਜੀ ਕਰ ਲਿਆ ਯੂ ਸਟਾਰਟ, ਆ ਧੂੰਆਂ ਧੂੰਈ ਹੋ ਗਿਆ ਕੰਮ। ਓਏ ਪਾਣੀ ਤਾਂ ਨਿਕਲਿਆ ਕੋਈ ਨਹੀਂ, ਪਾਣੀ ਪਾਸ ਓਏ ਆਪਾਂ ਜੀ ਇੱਥੋਂ ਬੋਰ ਚਲਾ ਕੇ ਹੁਣ ਪੀਣ ਲੱਗੇ ਹਾਂ ਪਾਣੀ, ਕਿਉਂਕਿ ਨਲਕਾ ਹੈਗਾ ਦੂਰ ਕਾਫੀ, ਉਹ ਨਹਿਰ ਤੇ ਨਲਕਾ ਤੇ ਹੋਰ ਇੱਥੇ ਆਸੇ ਪਾਸੇ ਨੇੜੇ ਤੇੜੇ ਨਲਕਾ ਕੋਲ ਹੈਗਾ, ਆ ਬੋਰ ਚਲਾ ਕੇ ਨਾ ਅਸੀਂ ਪਾਣੀ ਪੀ ਲੈਣਾ ਹੁਣ। ਪਾ ਪਾ ਸ਼ਾਬਾਸ਼, ਚੱਲ ਬਈ ਚੱਲ ਬਈ ਚੱਲ ਬਈ, ਵੇਖਦੇ ਹਾਂ ਜੀ ਹੁਣ ਕਿੰਨਵੇਂ ਗੇੜੇ ਤੇ ਸਟਾਰਟ ਕਰਦਾ ਬੰਦਾ ਜੀ। ਲਓ ਵੀ 3 ਸ਼ੇਰਾਂ ਨੇ ਪਾਣੀ ਪੀ ਲਿਆ ਜੀ ਬੋਰ ਚਲਾ ਕੇ, ਕਿਉਂਕਿ ਨਲਕੇ ਤੋਂ ਤਾਂ ਅਸੀਂ ਰੱਜਦੇ ਕੋਈ ਨਹੀਂ, ਠੀਕ ਹੈ ਜੀ। ਅਤੇ ਹੁਣ ਫਿਰ ਆਪਾਂ ਗੋਡੀ ਨੂੰ ਸ਼ੁਰੂ ਹੋਣ ਲੱਗੇ ਹਾਂ, ਅਤੇ ਮੌਸਮ ਅੱਜ ਕਮਾਲ ਕੀਤੀ ਪਿਆ ਜੀ, ਬੜਾ ਮਜ਼ਾ ਆ ਰਿਹਾ, ਬਹੁਤ ਹੀ ਮਜ਼ਾ ਆ ਰਿਹਾ। ਵਿਹਲੇ ਫਿਰਨ ਵਾਲਾ ਮੌਸਮ ਆ, ਪਰ ਅਸੀਂ ਫਿਰ ਵੀ ਕੰਮ ਨੂੰ ਲੱਗੇ ਹੋਏ ਹਾਂ, ਪਰ ਕੁਛ ਲੋਕ ਜਿਹੜੇ ਉਹ ਵਿਹਲੇ ਫਿਰ ਰਹੇ। ਹਾਂ ਜਦੋਂ ਕੰਮ ਦਾ ਟਾਈਮ ਹੁੰਦਾ ਸੋਈਦਾ ਨਹੀਂ ਹੁੰਦਾ, ਕੰਮ ਹੀ ਕਰੀਦਾ ਵਾ।